ਸਤਿ ਸ਼੍ਰੀ ਅਕਾਲ। ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ 400 ਸਾਲਾਂ ਦਾ ਪੂਰਬ ਦੀ ਮੇਰੇ ਬਾਰੇ ਯਤਨ ਪਾਉਣ ਦਾ ਮੇਰਾ ਪਾਉਣ ਦਾ ਯਤਨ ਕਰਦੀ ਹਾਂ ਧਿਆਨ ਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਸੀ। ਉਹਨਾਂ ਦਾ ਪਹਿਲਾ ਨਾਮ ਤਿਆਗਮਲ ਸੀ, ਪਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਕਰਤਾਰਪੁਰ ਦੀ ਲੜਾਈ ਵਿਖੇ ਉਹਨਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਭਾਵ ਉਸਦਾ ਭਾਵ ਸੀ ਤਲਵਾਰ ਦਾ ਧਨੀ ਰੱਖ ਦਿੱਤਾ ਗਿਆ। ਉਹਨਾਂ ਨੇ ਕਈ ਪਿੰਡਾਂ ਅਤੇ ਸ਼ਹਿਰਾਂ ਦੀ ਯਾਤਰਾ ਕਰਨ ਉਪਰੰਤ 1665 ਈਸਵੀ ਵਿੱਚ ਬਿਲਾਸਪੁਰ ਵਿਖੇ ਮੱਖੋਵਾਲ ਪਿੰਡ ਵਸਾਇਆ ਸੀ ਅਤੇ ਉਹਨਾਂ ਨੇ ਜੋ ਕਿ ਬਾਅਦ ਵਿੱਚ ਅਨੰਦਪੁਰ ਸਾਹਿਬ ਕਹਿਲਾਉਣ ਲੱਗਾ। ਉਹਨਾਂ ਨੇ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਪੰਡਿਤ ਮੋਤਬਰ ਸਿੱਖ ਆਗੂ ਕਿਰਪਾਲ ਰਾਮ ਨੂੰ ਨਾਲ ਲੈ ਕੇ ਗੁਰੂ ਜੀ ਅਤੇ ਉਹਨਾਂ ਨੇ ਆਖਿਆ ਔਰੰਗਜ਼ੇਬ ਦੇ ਕਸ਼ਮੀਰੀ ਹਾਕਮ ਮੁਖਤਿਆਰ ਖਾਨ ਬਹੁਤਾ ਜ਼ੁਲਮ ਚਾਹੁੰਦਾ ਹੈ। ਇਸ ਲਈ ਉਹਨਾਂ ਨੇ ਕਿਹਾ ਗੁਰੂ ਘਰ ਆਇਆ ਅੱਜ ਤੱਕ ਕੋਈ ਵੀ ਨਿਰਾਸ਼ ਜਾਂ ਖਾਲੀ ਨਹੀਂ ਗਿਆ ਹੈ। ਅਤੇ ਗੁਰੂ ਜੀ ਨੇ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੇਕਰ ਮੁਸਲਮਾਨ ਹੋ ਜਾਣਗੇ ਤਾਂ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ। ਉਵੇਂ ਹੀ ਹੋਇਆ। ਔਰੰਗਜ਼ੇਬ ਦੇ ਹੁਕਮ 'ਤੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਗਿਆ ਅਤੇ ਬਾਕੀ ਅਨੇਕਾਂ ਸ਼ਹੀਦਾਂ ਸਮੇਤ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀਦਾਸ ਜੀ ਨੂੰ ਆਰਿਆ ਨਾਲ ਜੀਤਿਆ ਗਿਆ। ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਬੰਨ ਕੇ ਅਗਲ ਗਾ ਦਿੱਤੀ ਗਈ। ਭਾਈ ਦਿਆਲਾ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ ਅਤੇ ਗੁਰੂ ਜੀ ਦੀ ਸ਼ਹੀਦੀ 'ਤੇ ਬਹੁਤਾ ਸੋਗ ਨਹੀਂ ਮਨਾਇਆ, ਪਰ ਅਰਸ਼ਾ ਵਿੱਚ ਉਹਨਾਂ ਦੀ ਜੈ ਜੈਕਾਰ ਹੋਈ ਸੀ। ਉਹਨਾਂ ਨੇ ਧਰਮ ਦੀ